2022 ਦੀਆਂ ਬਟਾਲਾ ਵਿਧਾਨ ਸਭਾ ਸੀਟ ਨੂੰ ਲੈ ਕੇ ਜਿੱਥੇ ਕਾਂਗਰਸ ਅਤੇ ਆਪ ਪਾਰਟੀ ਦੇ ਲੀਡਰਾਂ ਵਿੱਚ ਆਪਣੀਆਂ ਆਪਣੀਆਂ ਦਾਅਵੇਦਾਰੀਆਂ ਠੋਕਦੇ ਨਜ਼ਰ ਆ ਰਹੇ ਹਨ, ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਟਾਲਾ ਸੀਟ ਨੂੰ ਲੈ ਕੇ ਆਪਣੀਆਂ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹਲਕਾ ਬਟਾਲਾ ਦੇ ਪਿੰਡ ਕਲੇਰ ਕਲਾਂ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਭਾਰੀ ਤਾਦਾਦ ਵਿੱਚ ਅਕਾਲੀ ਦਲ ਦੇ ਸਮਰਥਕ ਸ਼ਾਮਿਲ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੇ ਹੱਕ ਵਿੱਚ ਅਪੀਲ ਕਰਦੇ ਨਜ਼ਰ ਆਏ। ਇਹ ਜਿੰਨੇ ਹਜ਼ਾਰਾਂ ਦੀ ਤਾਦਾਦ 'ਚ ਅੱਜ ਵਰਕਰ ਬਟਾਲਾ ਹਲਕੇ ਦੇ ਸ਼ਹਿਰ ਦੇ ਵਿੱਚੋਂ ਵੀ MC ਸਾਹਿਬਾਨ ਵੀ ਸਾਬਕਾ ਆਏ ਆ, ਬਹੁਤ ਸਾਰੀਆਂ ਵਾਰਡਾਂ 'ਚੋਂ ਵੀ ਆਏ ਆ ਅਤੇ ਹਰ ਇੱਕ ਪਿੰਡ ਦੇ ਵਿੱਚੋਂ ਕੋਨੇ ਕੋਨੇ ਤੋਂ ਸੀਨੀਅਰ ਵਰਕਰ ਸਾਡੇ ਆਏ ਆ। ਇਹਨਾਂ ਵਰਕਰਾਂ ਸਾਡਿਆਂ ਦੀ ਪਲੈਨ ਸੀ ਕਿ ਅਸੀਂ ਉੱਥੇ ਇਕੱਠੇ ਹੋਣਾ, ਮੈਨੂੰ ਹੁਕਮ ਲੱਗਾ, ਮੈਂ ਇਹਨਾਂ ਦੇ ਹੁਕਮ 'ਤੇ ਇੱਥੇ ਆਇਆ ਔਰ ਇਹਨਾਂ ਨੇ ਜੋ ਪਾਰਟੀ ਤੋਂ ਮੰਗ ਕੀਤੀ ਆ ਤੁਹਾਡੇ ਸਾਹਮਣੇ ਆ। ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ। ਜੋ ਪਾਰਟੀ ਹੁਕਮ ਕਰੇਗੀ ਮੇਰੇ ਸਿਰ ਮੱਥੇ ਪ੍ਰਵਾਨ ਹੋਏਗਾ। ਇਹ ਜਿਹੜੇ ਵਰਕਰ ਨੇ ਮੇਰੇ ਸਿਰ ਦਾ ਤਾਜ ਨੇ, ਮੈਂ ਹਮੇਸ਼ਾ ਇਹਨਾਂ ਦੇ ਵਿੱਚ ਰਿਹਾ, ਇਹਨਾਂ ਦੀ ਸੇਵਾ ਕਰਦਾ ਅਤੇ ਕਰਦਾ ਰਹੂੰਗਾ। ਸਾਨੂੰ ਕੋਈ ਇੰਨਾ ਮਜ਼ਬੂਤ ਦਾਅਵੇਦਾਰ ਹੋਰ ਨਹੀਂ ਲੱਗਦਾ। ਇਹ ਲਗਾਤਾਰ 15 ਸਾਲ ਤੋਂ ਰਮਨਦੀਪ ਸਿੰਘ ਸੰਧੂ ਹਲਕੇ ਦੀ ਸੇਵਾ ਕਰਨ ਡਏ ਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਆ, 3 ਵਾਰ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ, ਮੌਜੂਦਾ ਪ੍ਰਧਾਨ ਵੀ ਨੇ ਔਰ ਬਹੁਤ ਹੀ ਵਧੀਆ ਇਨਸਾਨ ਨੇ ਜਿਹੜੇ ਹਰ ਬੰਦੇ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਨੇ।